वेलकम टू पंजाबी मीडियम पॉडकास्ट। अज साडे नाल ने साक्षिता प्रिंजा जो कि एक मॉडल ने, एक एक्ट्रेस ने, एंड उन्हां दा एंकरिंग च काफ़ी रोल रहा है अपनी इंडस्ट्री च। अज उन्हां नाल असीं गलबात करदे हां। हैलो सत श्री अकाल जी। हैलो सत श्री अकाल। हाउ आर यू मैम? मैं बहुत वधिया, तुसीं किवें हो? बस वधिया, थैंक यू मैम टाइम देने लई अपना। थैंक यू मैनूं इनवाइट करन लई। टुडे वी टर्न द टेबल फ्रॉम एंकर टू सेलिब्रिटी, सो हाउ इट फील? फील्स वेरी वेरी गुड, बहुत ਵਧੀਆ ਲੱਗਦਾ ਮੈਨੂੰ, ਔਰ ਮੈਨੂੰ ਬਹੁਤ ਟਾਈਮ ਲੱਗਾ ਇੱਧਰ ਆਉਣ ਨੂੰ, ਸੋ ਆਈ ਐਪਰੀਸ਼ੀਏਟ ਦੈਟ। ਓਕੇ, ਵੈਰੀ ਗੁੱਡ, ਵੈਰੀ ਗੁੱਡ। ਸੋ ਮੈਮ, ਹਾਊ ਇਜ਼ ਯੋਰ ਐਕਸਪੀਰੀਅੰਸ ਟੂ ਐਂਕਰ ਟੂ ਸੈਲੀਬ੍ਰਿਟੀ? ਲਾਈਕ ਇਟਸ ਚੇਂਜਡ ਵੈਰੀ ਇਨਸਟੈਂਟਲੀ? ਨਾ ਨਾ, ਮੈਂ ਜਿਵੇਂ ਹੁਣੇ ਕਿਹਾ ਕਿ ਇਨਸਟੈਂਟਲੀ ਐਕਚੁਅਲੀ ਨਹੀਂ ਹੋਇਆ, ਦਿਖਦਾ ਉਹ। ਯੈਸ, ਆਈ ਟੁੱਕ ਅ ਲੋਟ ਆਫ ਟਾਈਮ, ਐਂਡ ਆਈ ਥਿੰਕ ਉਹ ਜਿਹੜਾ ਟਾਈਮ ਲੱਗਾ ਹੈ ਉਹਦੇ ਨਾਲ ਬੰਦਾ ਹੋਰ ਵੀ ਜ਼ਿਆਦਾ ਸਟਰੋਂਗ ਬਣਦਾ, ਆਪਣੇ ਕਰਾਫਟ ਨੂੰ ਹੋਰ ਵੀ ਜ਼ਿਆਦਾ ਨਿਖਾਰਦਾ। ਸੋ ਆਈ ਐਮ ਵੈਰੀ ਹੈਪੀ ਕਿ ਜਿੰਨਾ ਟਾਈਮ ਲੱਗਾ ਵਧੀਆ ਹੋਇਆ, ਉਨਾ ਟਾਈਮ ਲੱਗਾ, ਨਾਓ ਆਈ ਨੋ ਥਿੰਗਸ ਬੈਟਰ। ਓਕੇ, ਸੋ ਮੈਮ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਪੰਜਾਬੀ ਇੰਡਸਟਰੀ 'ਚ? ਮੈਨੂੰ 7 ਈਅਰਸ ਹੋ ਗਏ ਨੇ ਐਂਕਰਿੰਗ ਦੀ ਫੀਲਡ ਦੇ ਵਿੱਚ ਇਨ ਜਨਰਲ, ਐਂਡ ਦਿਸ ਇਜ਼ ਮਾਈ 7th ਈਅਰ ਗੋਇੰਗ ਔਨ, ਤਾਂ ਚੱਲਦਾ ਪਿਆ 7ਵਾਂ ਸਾਲ। ਓਕੇ, ਐਂਡ ਯੂ ਡਿਡ ਵੈਬ ਸੀਰੀਜ਼ ਐਂਡ ਮੂਵੀਜ਼ ਐਂਡ ਯੂਰ ਅਪਕਮਿੰਗ ਪ੍ਰੋਜੈਕਟਸ, so what was your first project? mera pehla project which year? mera pehla project as an actress, you asking? yes ma'am. acha, as an actress mera pehla project siga sameep kang sir di web series si ki banu punya da opposite babbal rai. okay, and oh mera first ever project siga. yeah, okay, first camera facing of movie production. ha, yes yes. okay. Like a full fledged film. and kadon to ma'am movie che tusi this happened after covid? yes, 2021 they which hoya 21. okay, and how's your anchoring experience? yeah. And from where you started? okay, from where I started anchoring, it happened by chance for me. and matlab ਮੈਂ ਐਂਕਰ ਬਣਨਾ ਨਹੀਂ ਸੀ ਚਾਹੁੰਦੀ, ਕਿ ਚਾਹੁੰਦੀ ਵੀ ਸੀ ਪਰ ਮੈਨੂੰ ਪਤਾ ਨਹੀਂ ਸੀ ਬਣਦੇ ਕਿਵੇਂ ਆ। ਲਾਈਕ ਐਵਰੀਬਡੀ ਆਫ ਅਸ ਜਿਹੜੇ ਵੀ ਦੇਖ ਰਹੇ ਹੋਣਗੇ, ਮਨ ਤਾਂ ਸਾਰਿਆਂ ਦਾ ਹੀ ਕਰਦਾ ਕਿ ਅਸੀਂ ਯੂਨੋ ਫੇਮਸ ਹੋ ਜਾਈਏ ਐਂਡ ਆਲ ਆਫ ਦੈਟ, ਪਰ ਪਤਾ ਨਹੀਂ ਹੁੰਦਾ ਕਿ ਕਿਵੇਂ ਹੋਣਾ। ਰਾਈਟ, ਐਂਡ ਬਸ ਉਦਾਂ ਹੀ ਮੈਂ ਇੰਟਰਨਸ਼ਿਪ ਤੇ ਗਈ ਸੀ ਚੰਡੀਗੜ੍ਹ, ਐਂਡ ਦੇ ਆਫਰਡ ਮੀ ਜੋਬ, ਮੈਂ ਕਿਹਾ ਠੀਕ ਹੈ ਆਪਾਂ ਜੋਬ ਕਰ ਲਈ। 2017, ਯਾ ਸੋ ਦੇ ਆਫਰਡ ਮੀ ਜੋਬ ਅਤੇ ਮੈਂ ਕਿਹਾ ਠੀਕ ਹੈ ਕਰ ਲੈਂਦੇ ਹਾਂ। ਐਂਡ ਜੋਬ ਕਰਦੇ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਮੈਂ ਜਸ ਪੰਜਾਬੀ ਤੋਂ ਹੌਲੀ ਹੌਲੀ ਕਰਕੇ PTC 'ਚ ਪਹੁੰਚ ਗਈ, PTC 'ਚ ਜਾ ਕੇ ਰਿਐਲਿਟੀ ਸ਼ੋਜ਼ ਕਰਨ ਲੱਗ ਗਈ। ਉੱਥੋਂ ਐਕਚੁਅਲੀ ਜਿਹਨੂੰ ਫੇਮਸ ਕਹਿੰਦੇ ਹਾਂ ਆਪਾਂ, ਰਿਐਲਿਟੀ ਸ਼ੋਜ਼ ਕਰਕੇ ਹੋਈ ਹਾਂ ਮੈਂ। ਸੋ ਯਾ, ਐਂਡ ਹਾਊ ਇਜ਼ ਯੋਰ ਐਕਸਪੀਰੀਅੰਸ ਫਸਟ ਟਾਈਮ ਫੇਸਿੰਗ ਦ ਕੈਮਰਾ ਐਜ਼ ਐਨ ਐਂਕਰ ਔਰ ਇਨ ਯੋਰ ਲਾਈਫ? ਓਕੇ, ਫਸਟ ਟਾਈਮ ਮੈਂ ਕੈਮਰਾ ਫੇਸ ਕੀਤਾ ਸੀ ਜਸ ਪੰਜਾਬੀ ਦੇ ਵਿੱਚ, ਐਂਡ ਵਾਟ ਵਾਸ ਦੈਟ? ਇਟ ਵਾਸ ਅ ਲਾਈਵ ਸ਼ੋ, ਨੋ ਨੋ ਨੋ, ਇਟ ਵਾਸ ਅ ਆਡੀਸ਼ਨ। ਓਕੇ, ਆਡੀਸ਼ਨ ਸੀਗਾ ਕਿ ਕਾਸਟਿੰਗ ਵੀ ਕੈਨ ਸੇ ਨਾ, ਐਂਕਰ ਦਾ ਆਡੀਸ਼ਨ ਸੀ, ਐਂਕਰ ਦਾ ਆਡੀਸ਼ਨ ਕਿ ਤੁਸੀਂ ਕਰਕੇ ਦਿਖਾਓ ਕੁਛ। ਸੋ ਅਸੀਂ ਪਹਿਲੇ, ਮੈਂ ਅਤੇ ਮੇਰੀ ਫਰੈਂਡ ਸੀ, ਆਪਾਂ ਹੱਸੀ ਮਜ਼ਾਕ 'ਚ ਜੋ ਆਪਾਂ ਗੱਲਾਂ ਨਹੀਂ ਕਰਦੇ, ਆਪਾਂ ਇੱਦਾਂ ਦਾ ਕੁਛ ਆਪਸ 'ਚ ਕਰ ਰਹੇ ਸੀ, ਐਂਡ ਦੈਨ ਅਸੀਂ ਜਾ ਕੇ ਅੰਦਰ ਜਿਹੜੇ CEO ਸੀ ਉਸ ਚੈਨਲ ਦੇ, ਆਪਾਂ ਉਹਨਾਂ ਕੋਲ ਗਏ, ਆਪਾਂ ਕਿਹਾ ਆਪਾਂ ਇੱਦਾਂ ਇੱਦਾਂ ਆ ਬਣਾਇਆ ਦੇਖੋ ਸਾਡਾ, ਆਪਾਂ ਇੱਦਾਂ ਹੀ ਗੱਲਾਂ ਗੁੱਲਾਂ ਕਰਕੇ ਦਿਖਾਈਏ। ਸ਼ੀ ਵਾਜ਼ ਲਾਈਕ, ਯੂ ਵੈਰੀ ਗੁੱਡ। ਫਿਰ ਉਹਨਾਂ ਨੇ ਜਿਹੜੇ ਉੱਥੇ ਡਾਇਰੈਕਟਰ ਸੀ ਉਹਨਾਂ ਨੂੰ ਆਵਾਜ਼ ਲਗਾਈ ਕਿ ਪਲੀਜ਼ ਇੱਕ ਵਾਰੀ ਆਓ ਅਤੇ ਇਹ ਜੋ ਕਰ ਰਹੀ ਹਾਂ ਇਹਨੂੰ ਰਿਕਾਰਡ ਕਰੋ। ਫਿਰ ਆਪਾਂ ਜੋ ਕਰ ਰਹੇ ਸੀ ਉਹਨਾਂ ਨੂੰ ਰਿਕਾਰਡ ਕੀਤਾ, ਐਂਡ ਨੈਕਸਟ ਡੇ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਆਪਣੇ ਚੈਨਲ ਤੇ ਉਹਨੂੰ ਔਨ ਏਅਰ ਵੀ ਕਰਤਾ ਹੈ। ਓਕੇ, ਐਂਡ ਦੈਟ ਵਾਸ ਯੂ ਵੈਰੀ ਫਰਸਟ ਔਨ ਕੈਮਰਾ? ਵੈਰੀ ਫਰਸਟ ਔਰ ਉਹ ਤੇ ਬਹੁਤ ਗੱਲਾਂ ਬਾਤਾਂ ਜੀ ਰਿਕਾਰਡ ਹੋ ਗਿਆ। ਲਾਈਕ ਸਾਨੂੰ ਕਿਦਾਂ ਐਕਸਪੀਰੀਅੰਸ ਸੀਗਾ ਫਿਰ? ਬਿਲਕੁਲ, ਮੈਂ ਕਹਿ ਰਹੀ ਸਾਨੂੰ ਪਤਾ ਹੀ ਨਹੀਂ ਸੀ ਨਾ, ਨਰਵਸ ਤਾਂ ਪਤਾ ਹੋਵਾਂਗੇ ਨਾ ਜੇ ਤੁਹਾਨੂੰ ਪਤਾ ਹੋਏ ਕਿ ਕੈਮਰਾ ਚੱਲ ਰਿਹਾ ਜਾਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ। ਅਸੀਂ ਬਹੁਤ ਚਿਲ ਸੀ, ਮੈਂ ਤੇ ਮੇਰੀ ਬੈਸਟ ਫਰੈਂਡ ਸੀਗੇ ਉੱਥੇ, ਵੀ ਵਰ ਵੈਰੀ ਚਿਲ, ਅਸੀਂ ਆਪਸ 'ਚ ਗੱਲਾਂ ਗੁੱਲਾਂ ਕਰਕੇ ਹੱਸ ਹੱਸ ਕੇ ਬਸ ਜੋ ਬਣਾਉਂਦੇ ਆਪਾਂ ਆਪਸ 'ਚ ਉੱਦਾਂ ਦਾ ਕੁਝ ਬਣਾਇਆ, ਔਰ ਨੈਕਸਟ ਡੇ ਉਹ ਔਨ ਏਅਰ ਹੋ ਗਿਆ। ਉਸ ਤੋਂ ਬਾਅਦ ਜਦੋਂ ਔਨ ਏਅਰ ਹੋਇਆ ਉਸ ਚੈਨਲ ਦੇ CEO ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਤੁਹਾਨੂੰ ਜੋਬ ਕਰਨੀ ਚਾਹੀਦੀ ਹੈ। ਆਈ ਵਾਜ਼ ਲਾਈਕ ਠੀਕ ਹੈ ਕਰ ਲੈਂਦੇ ਹਾਂ। ਫਿਰ ਮੈਂ ਘਰ ਗੱਲ ਕੀਤੀ, ਉਹ ਕਹਿੰਦੇ ਨਹੀਂ ਨਹੀਂ ਤੁਸੀਂ ਤਾਂ ਇੰਟਰਨਸ਼ਿਪ ਕਰਨਗੇ, ਉਹ ਨਹੀਂ ਨਹੀਂ ਵਾਪਸ ਆ ਜਾਓ, ਵਾਪਸ ਆ ਜਾਓ। ਫਿਰ ਮੈਂ ਕਾਲਜ 'ਚ ਗੱਲ ਕੀਤੀ, ਕਾਲਜ ਵਾਲੇ ਵੀ ਪਹਿਲੇ ਨਾ ਕਰ ਰਹੇ ਸੀ, ਪਰ ਦੈਨ ਮਾਈ HOD ਸੈਡ ਕਿ ਨਹੀਂ, ਯੂ ਸ਼ੁੱਡ ਡੂ ਯੋਰ ਜੋਬ। ਮੇਰੇ ਕਾਲਜ ਦੇ ਰਜਿਸਟਰਾਰ ਸਰ ਉਹਨਾਂ ਨੇ ਵੀ ਇਹੀ ਕਿਹਾ ਵੀ ਨਹੀਂ ਕੰਮ ਕਰੋ। ਮੈਂ ਫਿਰ ਪੇਰੈਂਟਸ ਨੂੰ ਆਪਣੇ ਮਨਾਇਆ, ਮੈਂ ਕਿਹਾ ਆਈ ਵਾਂਟ ਟੂ ਲਾਈਕ ਵਰਕ, ਸੋ ਦੇ ਵਰ ਲਾਈਕ ਚਲੋ ਠੀਕ ਹੈ ਕਰ ਲਓ। ਉਹਨਾਂ ਨੂੰ ਲੱਗਾ ਸ਼ੌਂਕ ਪੂਰਾ ਕਰ ਰਹੀ ਆਪਣਾ। ਦੈਟ ਵਾਸ ਈਜ਼ੀ ਟੂ ਘਰਦਿਆਂ ਨੂੰ ਮਨਾਉਣਾ, ਟੀਚਰਸ ਐਵਰੀਵੇਅਰ, ਕਿਉਂਕਿ ਕਿਤੇ ਨਾ ਕਿਤੇ ਵੈਮਨਸ ਗਰਲਸ ਨੂੰ ਮੀਡੀਆ ਲਾਈਨ 'ਚ ਕਾਫੀ ਥੋੜ੍ਹਾ ਪਰਹੇਜ਼ ਰੱਖਦੇ ਆ। ਮੈਂ ਤੁਹਾਨੂੰ ਦੱਸਦੀ ਹਾਂ, ਮੈਨੂੰ ਇੱਦਾਂ ਲੱਗਦਾ ਹੈ ਦੈਟ ਆਈ ਐਮ ਗੋਡਸ ਓਨ ਚਾਈਲਡ, ਵੈਸੇ ਅਸੀਂ ਸਾਰੇ ਹੀ ਹੁੰਦੇ ਹਾਂ, ਵੈਰੀ ਗੁੱਡ, ਬਟ ਮੈਨੂੰ ਇੱਦਾਂ ਲੱਗਦਾ ਹੈ ਕਿ ਆਈ ਐਮ ਵੈਰੀ ਸਪੈਸ਼ਲ ਟੂ ਗੋਡ, ਵੈਰੀ ਕਲੋਜ਼ ਟੂ ਗੋਡ, ਕਿਉਂਕਿ ਮੇਰੀ ਜਿਹੜੀ ਕੋਈ ਵੀ ਚੀਜ਼ ਜੋ ਮੈਂ ਵਿਸ਼ ਕਰਦੀ ਹਾਂ ਨਾ, ਉਹ ਜਾਂ ਉਹ ਤੋਂ ਕੁਛ ਬੈਟਰ ਹੀ ਲਾਈਫ 'ਚ ਮੇਰੇ ਹੁੰਦਾ ਹੈ।
ओके सो मैं कभी भी अपने आर यू स्पिरिचुअल काइंड ऑफ पर्सन या आई एम वेरी वेरी आई वांट टू बिलीव दैट आई एम वेरी वेरी स्पिरिचुअल आई रियली रियली फील कि जो भी मैं बहुत दिल तो चाहनी हूं वो रब मेरे लिए कर दे समहाउ ओके एंड आफ्टर दैट जब तुसी जस पंजाबी तो निकल गए उस तो बाद तुहाडा किस चीज किस फील च आए फिर मैं पीटीसी च गई पीटीसी नु जॉइन किया मैं 2019 एज अ फ्रीलांसर पीटीसी ते काफी बड़ा प्लेटफार्म आ गया होगा एकदम हाँ एक्चुअली मैनू लगा कि पर एक्चुअली मैं थोनू वो भी एक दस दी मेरे ये मेरा नेचर का पार्ट है जो भी मैं एक चीज़ तो किसी वड्डे चीज़ से ट्रांजिशन कर दी हाँ जिदा जस पंजाबी तो पीटीसी गई पीटीसी तो वैब सीरीज़ की फिल्म की थी मैं हमेशा उन्होंने बहुत आई टेक इट वेरी ईजी लाइक टेक इट ईजी इट्स ओके कुछ बड़ा है पर इन्ना दिमाग से चढ़ाने वाली कोई गल ओवरथिंकिंग करना ना कुछ ना कम आई डोंट ओवरथिंक यस आई डोंट ओवरथिंक कि ठीक है बढ़िया लग रहा है खुशी हो रही है पर ज्यादा इन्हें इतना बड़ा बनाने की लोड़ नहीं है अपने दिमाग च इट्स ओके आई हैव सीन यू व्लॉगिंग सम टाइम्स यस आई तुसी कैमरा फ्रेंडली हो तो चंगा लगता है आई लव कैमरा लव कैमरा एंड तुसी मूवीज से किस तरह आए किस तरह रिकॉग्निशन मिली कौन तुम्हें मिला फर्स्ट कुछ स्टोरी शेयर करो मूवीज तो पहला मैं वेब सीरीज की थी है की बनू पुनिया दा जो मैं बब्बल ते समीप सर दे नाल की थी है दैट वेब सीरीज जो दैट वाज माय फर्स्ट ओ मैनू मिली पीटीसी ते मेरा एक शो आंदा है पीटीसी शोकेस हुण भी अज भी आंदा है एंड उस शो दे विच एक फिल्म आई सी जिच बब्बल राय रोशन प्रिंस ते गिप्पी गरेवाल सी एक संधू हुंदा सी एक संधू हुंदा सी ओदी सी की इंटरव्यू सो इन द मॉर्निंग बब्बल रोशन प्रिंस एंड गिप्पी गरेवाल जी आए इंटरव्यू हुई इंटरव्यू खत्म हो गई एंड उस तो बाद लाइक मैनू साल दो साल पै गए उस विच उस तो बाद मैनू कॉल आया नहीं नॉट कॉल मैनू एक दिन इंस्टाग्राम ते मैनू बहुत आदत है चेक करने की किन्ने किन्ने मेरी स्टोरी देखी है सो मैं चेक कर रही यू आर वेरी एक्टिव ऑन सोशल मीडिया नो आई एम नॉट मैं फेसबुक ट्विटर होर किसी भी जगह पर नहीं हाँ स्नैपचैट कितने भी नहीं है मैं बट आई लाइक इंस्टाग्राम मैं इंस्टाग्राम वधिया लगता सो मैं इंस्टाग्राम तो जरूर चैक करती हाँ किन्ने किन्ने मेरी स्टोरी देखी है तो मैं देखा कि समीप कंग इन्ने वे डायरेक्टर जिन्होंने कैरी ऑन जट्टा वर्गिया फिल्म वेरी वेल नोन डायरेक्टर उन्होंने मेरी स्टोरी क्यों देखी है आई वॉज वेरी हैप्पी पर मैं लगा कि कई बार हाथ वज जाता किसी की प्रोफाइल देखते देखते किसी की खुल जाती आई थॉट दैट काइंड ऑफ सिचुएशन मे बी चेक द कि ये फेक तो नहीं है हाँ मैं वो भी चेक किया मैं क्या पता नहीं फेक अकाउंट होना बिकॉज जनरली फेक अकाउंट्स भी बहुत होंगे या जिन्होंने बूस्ट लाया होंगे ना उन्होंने शो होने लग जाते हैं फिर मैं क्या पर मैं सोचा समीप कंग सर बूस्ट क्यों लाओगे अपनी प्रोफाइल लाइक इज नॉट एन इन्फ्लुएंसर क्यों बूस्ट लाओगे सो बट उस तो बाद जब मैं चेक किया वो ओरिजिनल अकाउंट सेगा फिर मैं क्या पता नहीं उन्होंने मेरी क्यों स्टोरी चेक की बट एनी वेज उस शाम दैन मैनू कॉल आया कि मेरी एस मेरी फर्स्ट फिल्म के डायरेक्टर का उस वे समीप कंग सर काम करते थे सतिंदर जी वो मेरी एस फर्स्ट फिल्म के डायरेक्टर ने उस वे समीप सर एसोसीएट डायरेक्टर से उन्होंने मैं फोन किया कि सायरा असी ना इदा थोड़ी देख रहे थी प्रोफाइल तो कि तुम वैब सीरीज़ इदा करना चाहोगे बब्बल राय के नाल है इदा मेरी इन्नी भी हिम्मत नहीं पई कि मैं उन्होंने ये पूछा कि लीड तो दे रहे हो कि पिछले कोई काम करा रहे हो लाइक मैं आपको थोड़ी देर में बताती हूँ फिर मैं थोड़ी देर आपस अपने फ्रेंड्स ने गल की मैं की करा मैं किद्दां जाऊंगी बिलीव हो गया कि सच्ची है हां हां उधर तक मैं बिलीव हो गया सी कि इट्स ट्रू पर दैट टाइम यू वाज इन चंडीगढ़ आई वाज इन चंडीगढ़ आई वाज वर्किंग विद पीटीसी प्रॉब्लम यही से इस करके मैं उन्होंने क्या कि मैं थोड़ा दस दी हाँ बिकॉज मैंने पीटीसी तो भी छुट्टियां लेनी पवेंगी ना जब मैं कोई बाहर काम करूंगी आई हैव टू बैलेंस कि किवें जाऊंगी मैं दोवें जगह फिर मैं क्या मैं आई टेल यू फिर मैं अपने फ्रेंड्स ने गल की कि भाई किद्दां करा मैं फिर मैं पीटीसी से गल की कि जो मैं जावा देवर ऑल्सो वेरी काइंड इनफ उन्होंने कहा तुम जरूर जाओ फिर मैं रात ही उन्होंने घर जाके कॉल की कि ठीक है मैं आ जाऊँगी आई विल एंड योर फर्स्ट मूवी थी तुहाडी जो स्टार कास्ट आई तुहानू पता लगा रोशन प्रिंस जी में अपने लीड एक्टर ने तुसी लीड एक्ट्रेस हो एंड किस तरह का स्टार्ट किधर है मूवी दे कुछ फील होया कि वड्डे सेट ते एकदम आ जाता ना लाइक वड्डा सेट वड्डे लीड एक्टर्स एक्ट्रेसेस अपने एल्डर्स ने उत्ते सारे जिन्हां तुसी टीवी ते देखा है जो काफी रीनोन ने ते ओ किद्दां दा लगा फिर तुहानू मैं थोनू जिवें हुण कहना एंड शूट इंडिया च होया एंड यूके
ਸਾਰਾ ਯੂਕੇ ਚ ਨਹੀਂ ਹਾਫ ਇੰਡੀਆ ਸ਼ੂਟ ਹੋਇਆ ਹਾਫ ਯੂਕੇ ਸ਼ੂਟ ਹੋਇਆ ਬਟ ਮੋਸਟ ਆਫ ਦਾ ਪਾਰਟ ਯੂਕੇ ਚ ਸ਼ੂਟ ਹੋਇਆ 80% ਕਹਿ ਲਓ ਐਂਡ ਸ਼ੂਟ ਕਿੰਨੇ ਟਾਈਮ ਦਾ ਸੀਗਾ ਲਾਈਕ 12 15 ਡੇਜ਼ ਇਨ ਇੰਡੀਆ ਐਂਡ ਦੈਨ 25 ਡੇਜ਼ ਇਨ ਯੂਕੇ ਓਕੇ ਸੋ ਜਿੱਦਾਂ ਤੁਸੀਂ ਸਟਾਰ ਸਟਾਕ ਹੋਣ ਦੀ ਗੱਲ ਕੀਤੀ ਯੈਸ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਸੀਨੀਅਰ ਐਕਟਰਸ ਨੇ ਔਰ ਉਹ ਐਕਟਰਸ ਨੇ ਜਿਹਨਾਂ ਨੂੰ ਅਸੀਂ ਦੇਖ ਦੇਖ ਕੇ ਵੱਡੇ ਹੋਏ ਆ ਘੁੱਗੀ ਸਰ ਲਾਈਕ ਹੀ ਇਜ਼ ਵੈਰੀ ਮੋਟੀਵੇਸ਼ਨਲ ਵੈਰੀ ਵੈਰੀ ਉਹਨਾਂ ਦੇ ਲਈ ਮੇਰੇ ਮਨ 'ਚ ਲਾਈਕ ਬਹੁਤ ਜ਼ਿਆਦਾ ਰਿਸਪੈਕਟ ਆ ਬਹੁਤ ਜ਼ਿਆਦਾ ਘੁੱਗੀ ਸਰ ਹਾਰਬੀ ਸੰਘਾ ਜੀ ਦੈਨ ਰਾਣਾ ਜੰਗ ਬਹਾਦੁਰ ਜੀ ਬੀ ਐਨ ਸ਼ਰਮਾ ਜੀ ਆਲ ਦੋਜ਼ ਐਕਟਰਸ ਜਿਹਨਾਂ ਨੂੰ ਅਸੀਂ ਕੈਰੀ ਔਨ ਜੱਟਾ ਤੋਂ ਦੇਖਿਆ ਯੈਸ ਸੋ ਕੈਰੀ ਔਨ ਜੱਟਾ ਕਿਉਂਕਿ ਸਾਡੇ ਪੰਜਾਬੀਆਂ ਦੀ ਉਹ ਕਾਇੰਡ ਆਫ ਉਹ ਫਿਲਮ ਹੈ ਜਿਹਨੂੰ ਅਸੀਂ ਰੈਫਰ ਕਰਦੇ ਹਾਂ ਕਿ ਕੈਰੀ ਔਨ ਜੱਟਾ ਵਾਲੇ ਐਕਟਰਸ ਹੈ ਨਾ ਕਾਇੰਡ ਆਫ ਸੋ ਉਹ ਜਦੋਂ ਮੈਂ ਉਹਨਾਂ ਨੂੰ ਦੇਖਿਆ ਆਈ ਵਾਜ਼ ਹੈਪੀ ਪਰ ਜਿਵੇਂ ਮੈਂ ਕਿਹਾ ਕਿ ਮੈਂ ਹੁਣ ਫੇਕ ਨਹੀਂ ਕਹੂੰਗੀ ਕਿ ਬਈ ਮੈਂ ਬਹੁਤ ਸਟਾਰ ਸਟਕ ਹੋ ਗਈ ਕਿਉਂਕਿ ਆਈ ਐਮ ਲਾਈਕ ਦੈਟ ਮੈਨੂੰ ਨਹੀਂ ਹੁੰਦਾ ਸਟਾਰ ਸਟਕ ਆਈ ਐਮ ਵੈਰੀ ਨੋਰਮਲ ਲਾਈਕ ਦੈਟ ਮੈਨੂੰ ਇੱਦਾਂ ਵਾਓ ਇੱਦਾਂ ਵਾਲਾ ਨਹੀਂ ਹੁੰਦਾ ਅੰਟਿਲ ਐਂਡ ਅਨਲੈਸ ਹੁਣ ਤੱਕ ਤਾਂ ਨਹੀਂ ਹੋਇਆ ਬਟ ਇਵੈਂਚੁਅਲੀ ਯੂ ਨੈਵਰ ਕਿਉਂਕਿ ਤੁਸੀਂ ਐਂਕਰਿੰਗ ਫੀਚਰ ਹੋ ਮੇਰੀ ਹਾਂ ਮੈਂ ਉਹਨਾਂ ਨੂੰ ਮਿਲੀ ਹੋਈ ਐਕਚੁਅਲੀ ਸਾਰਿਆਂ ਨੂੰ ਇੰਟਰਵਿਊ ਆਫ ਰਣਬੀਰ ਕਪੂਰ ਆਲਸੋ ਯੈਸ ਔਰ ਬੀ ਐਨ ਸ਼ਰਮਾ ਸਰ ਦੀ ਮੈਂ ਇੰਟਰਵਿਊ ਪਹਿਲਾਂ ਕੀਤੀ ਹੋਈ ਹੈ ਸੰਘਾ ਜੀ ਦੀ ਇੰਟਰਵਿਊ ਮੈਂ ਬਹੁਤ ਵਾਰੀ ਕੀਤੀ ਹੋਈ ਹੈ ਰੋਸ਼ਨ ਜੀ ਨੂੰ ਮੈਂ ਮਿਲ ਚੁੱਕੀ ਸੀ ਉਸ ਤੋਂ ਪਹਿਲਾਂ ਬਹੁਤ ਵਾਰੀ ਇੰਟਰਵਿਊ 'ਚ ਸੋ ਦੈਟਸ ਦ ਰੀਜ਼ਨ ਫੇਸ ਰੈਕਗਨਾਈਜੇਸ਼ਨ ਆਲਰੇਡੀ ਕਰਨਾ ਹੁੰਦੀ ਹੈ ਸੋ ਯੂ ਡੋਨਟ ਫੀਲ ਔਕਵਰਡ ਹਾਂ ਐਂਡ ਯੂਕੇ 'ਚ ਕਿੱਦਾਂ ਦਾ ਰਿਹਾ ਮੈਮ ਸਾਰਾ ਐਂਡ ਦੈਟ ਵਾਜ਼ ਅ ਫਸਟ ਇੰਟਰਨੈਸ਼ਨਲ ਯੈਸ ਇਟ ਵਾਜ਼ ਮਾਈ ਫਸਟ ਇੰਟਰਨੈਸ਼ਨਲ ਟ੍ਰਿਪ ਔਰ ਯੂਕੇ ਤੇ ਬਈ ਹੈ ਹੀ ਵਧੀਆ ਬਹੁਤ ਵਧੀਆ ਜਗ੍ਹਾ ਲੰਡਨ ਗਏ ਲੰਡਨ 'ਚ ਸ਼ੂਟ ਹੋਇਆ ਯੈਸ ਬਹੁਤ ਵੱਖਰੇ ਵੱਖਰੇ ਲੋਕੇਸ਼ਨ 'ਚ ਸ਼ੂਟ ਹੋਇਆ ਐਲਸਬਰੀ ਲਿਊਟਨ ਤੇ ਲੰਡਨ ਹੋਰ ਵੀ ਬਹੁਤ ਸਾਰੇ ਲੋਕੇਸ਼ਨ ਸੀਗੀਆਂ ਬਟ ਓਵਰਆਲ ਯੂਕੇ ਤੇ ਡ੍ਰੀਮ ਡੈਸਟੀਨੇਸ਼ਨ ਹੈ ਬਈ ਬਹੁਤ ਬਹੁਤ ਸੋਹਣਾ ਦੇਸ਼ ਹੈ ਇਟ ਵਾਜ਼ ਗ੍ਰੇਟ ਗੋਇੰਗ ਦੇਅਰ ਓਕੇ ਵੀ ਟਾਕ ਅਬਾਊਟ ਯੂ ਦਿਸ ਮੂਵੀ ਇਨ ਲੇਟਰ ਸਭ ਤੋਂ ਪਹਿਲੇ ਮੈਂ ਤੁਹਾਡੀ ਜਰਨੀ ਦੀ ਗੱਲ ਕਰੂੰਗਾ ਅਪਸ ਐਂਡ ਡਾਊਨਸ ਸਭ ਦੀ ਲਾਈਫ 'ਚ ਹੁੰਦੇ ਨੇ ਕੀ ਕੁਛ ਡਾਊਨ ਆਇਆ ਕਦੇ ਅਪਸ ਆਏ ਕਿਤੇ ਲੱਗਾ ਕਿ ਹੁਣ ਫੇਮ ਆ ਗਿਆ ਕਿਤੇ ਐਟੀਟਿਊਡ ਆ ਜਾਂਦਾ ਈਗੋ ਆ ਜਾਂਦਾ ਜੋ ਕਿ ਅੱਜ ਦੇ ਟਾਈਮ 'ਚ ਕੈਜੂਅਲ ਹੈ ਕਿਤੇ ਡਾਊਨ ਵੀ ਹੁੰਦਾ ਕਿ ਹੋ ਨਹੀਂ ਰਿਹਾ ਰਿਗਰੈਟਸ ਹੁੰਦੇ ਨੇ ਗਿਲਟਸ ਹੁੰਦੇ ਨੇ ਅਤੇ ਹਾਊ ਡਿਡ ਯੂ ਮੈਨੇਜ ਦਾ ਸਕਸੈਸ ਐਂਡ ਦਾ ਡਾਊਨਸ ਐਕਚੁਅਲੀ ਮੈਂ ਤੁਹਾਨੂੰ ਦੱਸਦੀ ਹਾਂ ਦੋਵਾਂ ਨੂੰ ਡਿਫਰੈਂਸ ਕਰਕੇ ਮੈਂ ਤੁਹਾਨੂੰ ਦੱਸਦੀ ਹਾਂ ਮੇਰੇ ਸਕਸੈਸ ਵਾਲਾ ਆਂਸਰ ਤਾਂ ਇਸੇ ਪਾਰਟ 'ਚ ਹੈ ਕਿ ਮੈਂ ਜ਼ਿਆਦਾ ਵਾਓ ਨਹੀਂ ਹੁੰਦੀ ਕਿਸੇ ਚੀਜ਼ ਤੋਂ ਕਿ ਵਾਓ ਮੈਨੂੰ ਫਿਲਮ ਮਿਲ ਗਈ ਐਪਰੀਸ਼ੀਏਸ਼ਨ ਕਰੇ ਜ਼ਿਆਦਾ ਜਦੋਂ ਮੇਰੀ ਕੋਈ ਐਪਰੀਸ਼ੀਏਸ਼ਨ ਕਰਦਾ ਮੈਨੂੰ ਵੱਧ ਤੋਂ ਵੱਧ ਐਪਰੀਸ਼ੀਏਸ਼ਨ ਜਾਂ ਤੁਸੀਂ ਬੁਰਾਈ ਕਰ ਦਿਓ ਮੇਰੀ ਦੋਵੇਂ ਮੈਨੂੰ ਵੱਧ ਤੋਂ ਵੱਧ 12 ਘੰਟੇ ਯਾਦ ਰਹਿੰਦੇ ਆ ਮੈਂ ਭੁੱਲ ਜਾਂਦੀ ਹਾਂ ਉਸ ਤੋਂ ਬਾਅਦ ਐਂਡ ਦੈਟਸ ਮਾਈ ਬਿਗੈਸਟ ਸਟਰੈਂਥ ਮੇਰੀ ਮੰਮੀ ਕਹਿੰਦੀ ਕਿ ਤੇਰੀ ਸਟਰੈਂਥ ਆ ਪਹਿਲੇ ਮੈਨੂੰ ਲੱਗਦਾ ਸੀ ਆਈ ਡੂ ਓਵਰ ਥਿੰਕ ਬਟ ਓਵਰ ਥਿੰਕ ਕਰਨ ਲਈ ਵੀ ਤੁਹਾਨੂੰ ਗੱਲਾਂ ਯਾਦ ਹੋਣੀਆਂ ਚਾਹੀਦੀਆਂ ਮੈਨੂੰ ਯਾਦ ਭੁੱਲ ਜਾਂਦੀ ਹੈ ਆਈ ਲਾਈਕ ਫੋਰਗੈਟ ਦੈਟ ਇਜ਼ ਅ ਗੁੱਡ ਕੁਆਲਿਟੀ ਦੈਟਸ ਹੁਣ ਮੈਨੂੰ ਇਹ ਰਿਅਲਾਈਜ਼ ਹੋਇਆ ਬਹੁਤ ਸਾਲਾਂ ਬਾਅਦ 25 ਸਾਲ ਬਾਅਦ ਕਿ ਇਟਸ ਅ ਗੁੱਡ ਕੁਆਲਿਟੀ ਪਹਿਲੇ ਮੈਨੂੰ ਲੱਗਦਾ ਸੀ ਕਿ ਯਾਰ ਲੋਕਾਂ ਨੂੰ ਕਿੱਦਾਂ ਯਾਦ ਰਹਿੰਦੀ ਹੈ ਛੋਟੀ ਛੋਟੀ ਮੂਵਮੈਂਟਸ ਔਰ ਇੱਦਾਂ ਇਹ ਵਧੀਆ ਗੱਲ ਹੈ ਲਾਈਕ ਮੂਵਮੈਂਟਸ ਯਾਦ ਰੱਖਣੇ ਜਾਂ ਫਿਰ ਕਿਸੇ ਨੇ ਤੁਹਾਡੇ ਨਾਲ ਚੰਗਾ ਕੀਤਾ ਮਾੜਾ ਕੀਤਾ ਉਹਨੂੰ ਯਾਦ ਰੱਖਣਾ ਕਿ ਜਦੋਂ ਕਿਸੇ ਨੇ ਮੇਰੇ ਨਾਲ ਮਾੜਾ ਕੀਤਾ ਸੀ ਮੈਂ ਵੀ ਅਗਲੀ ਵਾਰ ਤੈਨੂੰ ਯਾਦ ਰੱਖੂ ਮੈਨੂੰ ਬਿਲਕੁਲ ਯਾਦ ਨਹੀਂ ਰਹਿੰਦਾ ਐਂਡ ਆਈ ਐਮ ਵੈਰੀ ਪ੍ਰਾਊਡ ਆਫ ਇਟ ਕਿ ਮੈਨੂੰ ਯਾਦ ਨਹੀਂ ਰਹਿੰਦਾ ਕਿਉਂਕਿ ਮੇਰੇ ਮਨ 'ਚ ਫਿਰ ਉਸ ਬੰਦੇ ਦੁਆਰਾ ਕੋਈ ਹਾਰਡ ਫੀਲਿੰਗਸ ਨਹੀਂ ਰਹਿੰਦੀਆਂ ਯੂ ਮੀਟ ਮੀ ਆਫਟਰ ਅ ਮੰਥ ਜੇ ਤੁਸੀਂ ਕਰ ਵੀ ਦਿੱਤਾ ਹੋਏਗਾ ਮੇਰੇ ਨਾਲ ਕੁਛ ਚੰਗਾ ਮਾੜਾ ਆਈ ਐਮ ਓਕੇ ਵਿਦ ਇਟ ਯੂ ਫੀਲ ਓਕੇ ਕਿ ਆਈ ਐਮ ਓਕੇ ਸਹੀ ਹੈ ਸੋ ਇਸ ਕਰਕੇ ਇਹ ਸਕਸੈਸ ਮੇਰੇ ਦਿਮਾਗ 'ਤੇ ਫਿਲਹਾਲ ਹੁਣ ਤੱਕ ਤਾਂ ਬਿਲਕੁਲ ਨਹੀਂ ਚੜਿਆ ਬੀ ਜਿਹੜੀ ਡਾਊਨਫਾਲ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਡਾਊਨਫਾਲ ਐਜ਼ ਇਨ ਪਤਾ ਕੀ ਹੁੰਦਾ ਜਦੋਂ ਤੁਸੀਂ ਐਂਕਰ ਹੁੰਦੇ ਹੋ ਜਦੋਂ ਤੁਸੀਂ ਕੁਰਸੀ ਦੇ ਇਸ ਸਾਈਡ ਹੁੰਦੇ ਹੋ ਐਂਡ ਜਦੋਂ ਤੁਸੀਂ ਇਸ ਸਾਈਡ ਆਉਣ ਦੀ ਤਮੰਨਾ ਰੱਖਦੇ ਹੋ ਉਹ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਨਹੀਂ ਲੱਗਦੀ ਬਿਕੋਜ਼ ਯੂ ਨੋ ਹਾਊ ਇਟ ਇਜ਼ ਕਿ ਬੰਦਾ ਚਾਹੁੰਦਾ ਹੁੰਦਾ ਕਿ ਜੇ ਤੁਸੀਂ ਇੱਥੋਂ ਤੱਕ ਪਹੁੰਚ ਗਏ ਤਾਂ ਇੱਥੋਂ ਤੱਕ ਹੀ ਰਹੋ ਜ਼ਿਆਦਾ ਅੱਗੇ ਵਧਣ ਦੀ ਲੋੜ ਨਹੀਂ ਇਹ ਚੀਜ਼ ਨਾ ਕਿਸੇ ਨੂੰ ਦਿਖਦੀ ਨਹੀਂ ਹੈ ਮੈਨੂੰ ਪਿੱਛੇ ਰਹਿ ਜਾਂਦੀ ਮਨੀਸ਼ ਪਾਲ ਦਾ ਤੁਸੀਂ ਮੈਂ ਵੀ ਸੁਣਿਆ ਹੋ ਕਿਤੇ ਉਹਨਾਂ ਨੇ ਸੈਟ ਕੀ 15 ਸਾਲ ਲਗੇ ਮੈਨੂੰ ਵਹਾਂ ਸੇ ਮੈਂ ਉਹਨਾਂ ਨੇ ਇੰਟਰਵਿਊ ਕੀਤੀ ਹੈ ਮਨੀਸ਼ ਪਾਲ ਨਾਲ ਆਈ ਆਸਕਡ ਹਿਮ ਇਹੀ ਸੇਮ ਗੱਲ ਜੁਗ ਜੀਓ ਦੇ ਲਈ ਮੈਂ ਇੰਟਰਵਿਊ ਕੀਤੀ ਮੈਂ ਸੇਮ ਗੱਲ ਉਹਨਾਂ ਨੂੰ ਪੁੱਛੀ ਕਿਉਂਕਿ ਮੇਰੇ ਵੀ ਇਹ ਪਰਸਨਲ ਨੋਟ ਆ ਮੇਰਾ ਸੋ ਮੈਂ ਉਹਨਾਂ ਨੂੰ ਇਹ ਗੱਲ ਪੁੱਛੀ ਕਿ ਲਾਈਕ ਬਹੁਤ ਟਾਈਮ ਲੱਗਾ ਤੁਹਾਨੂੰ ਇਹ ਟ੍ਰਾਂਜੈਕਸ਼ਨ ਕਰਨ 'ਚ ਹੀ ਸੈਡ ਦ ਸੇਮ ਥਿੰਗ ਕਿ ਲੋਕ ਇਸ ਚੀਜ਼ 'ਚ ਬਿਲੀਵ ਹੀ ਨਹੀਂ ਕਰਦੇ ਔਰ ਉਹ ਚਾਹੁੰਦੇ ਹੀ ਨਹੀਂ ਕਿ ਤੁਸੀਂ ਇੱਧਰੋਂ ਇੱਧਰ ਸ਼ਿਫਟ ਹੋ ਬਿਕੋਜ਼ ਇੱਧਰ ਵਾਲੇ ਚਾਹੁੰਦੇ ਆ ਕਿ ਸਾਨੂੰ ਕੋਈ ਸਵਾਲ ਪੁੱਛਣ ਵਾਲਾ ਬਣਿਆ ਰਹੇ ਐਂਡ ਉੱਧਰ ਜਿਹੜੇ ਪਿੱਛੇ ਟੀਮ ਹੁੰਦੀ ਉਹ ਵੀ ਚਾਹੁੰਦੀ ਕਿ ਠੀਕ ਹੈ ਨਾ ਵਧੀਆ ਇੱਥੋਂ ਤੱਕ ਪਹੁੰਚ ਗਏ ਹੋਰ ਕੀ ਚਾਹੀਦਾ so it's that kind of stuff I'm not blaming anybody everybody has been very very kind to me but how does it feel change hai. oh change eh te I think badi changi si cheez hai na eh I'm just thankful to god that's it I'm just thankful to god ki unhone change leke aaya hai mainu yaad hai main just punjabi ch si te ek din main apni friend nu kya main mic fada hoya si sukhna lake te si apa oh vox pop type kuch kar rahe si walk through and I said my friend I main kya yaar main na idhro idhar aana hai mic te okay ami random the fukri nahi mar di de ki koi bhi gal kar do
ਹੀ ਇਜ਼ ਅ ਬ੍ਰਿਲੀਅੰਟ ਗਾਇ ਉਹਨਾਂ ਦਾ ਬਹੁਤ ਚੰਗਾ ਲੱਗਦਾ ਸਾਨੂੰ ਤੇ ਕੁੱਕੀ ਸਰ ਤੇ ਜੇ ਸੈੱਟ ਤੇ ਖੜੇ ਆ ਨਾ ਉਹਨਾਂ ਦੀ ਇੱਕ ਇੰਨੀ ਵਧੀਆ ਗੱਲ ਹੈ ਮੰਨ ਲਓ ਉਹ ਇਸ ਸੀਨ 'ਚ ਹੈਗੇ ਆ ਨਹੀਂ ਹੈਗੇ ਆ ਬਟ ਹੀ ਸਟੈਂਡਿੰਗ ਦੇਅਰ ਔਰ ਤੁਹਾਡੀ ਮੇਰੀ ਕਨਵਰਸੇਸ਼ਨ ਇਸ ਸੀਨ ਦੇ ਵਿੱਚ ਉਹ ਫਿਰ ਵੀ ਉੱਥੇ ਖੜੇ ਵੀ ਤੁਹਾਨੂੰ ਦੱਸੂਗੇ ਕਿ ਯਾਰ ਇੱਦਾਂ ਨਹੀਂ ਇੱਦਾਂ ਬੋਲੋ ਜ਼ਿਆਦਾ ਵਧੀਆ ਲੱਗੂਗਾ ਇੱਦਾਂ ਨਹੀਂ ਇੱਦਾਂ ਕਰ ਸਕਦੇ ਇਹ ਜ਼ਿਆਦਾ ਅੱਛਾ ਲੱਗੇਗਾ ਜੋ ਬਹੁਤ ਘੱਟ ਲੋਕ ਕਰਦੇ ਨੇ ਕਿਸੇ ਦੀ ਹੈਲਪ ਹਰ ਕਿਸੇ ਨੂੰ ਹੁੰਦਾ ਕਿ ਮੈਂ ਵਧੀਆ ਲੱਗਾ ਮੇਰਾ ਪਾਰਟ ਵਧੀਆ ਆਏ ਜਾਂ ਮੇਰੇ ਡਾਇਲੌਗਸ ਬੈਸਟ ਜਾਣ ਵਾਈ ਸ਼ੁੱਡ ਵੀ ਇੰਟਰਫੇਅਰ ਇਨ ਸਮਵਨ ਹਾਂ ਆਪਾਂ ਕਿਉਂ ਕਹੀਏ ਕਰਨ ਤੋਂ ਜਿੱਦਾਂ ਕਰਦੇ ਬਟ ਹੀ ਇਜ਼ ਸੱਚ ਅ ਜੈਨੂਇਨ ਪਰਸਨ ਉਹ ਦੂਜਿਆਂ ਦੀ ਵੀ ਪੂਰੀ ਹੈਲਪ ਕਰਦੇ ਆ ਔਰ ਪੂਰੇ ਦਿਲ ਤੋਂ ਕਰਦੇ ਸਿਰਫ ਦਿਖਾਵੇ ਲਈ ਉੱਪਰ ਉੱਪਰੋਂ ਨਹੀਂ ਦਿਲੋਂ ਕਿ ਨਹੀਂ ਯਾਰ ਇੱਦਾਂ ਨਹੀਂ ਇੱਦਾਂ ਬੋਲੋ ਵਧੀਆ ਲੱਗੇਗਾ ਮੇਰੀ ਨਹੀਂ ਸਭ ਦੀ ਲਾਈਕ ਹੀ ਸੱਚ ਅ ਜੈਨੂਇਨ ਪਰਸਨ ਬ੍ਰਿਲੀਅੰਟ ਪਰਸਨ ਇੰਨਾ ਪੜ੍ਹਦੇ ਨੇ ਉਹ ਇੰਨਾ ਅੱਛਾ ਮੋਟੀਵੇਸ਼ਨਲ ਬੋਲਦੇ ਨੇ ਉਹ ਆਈ ਰੀਅਲੀ ਐਪਰੀਸ਼ੀਏਟ ਹਿਮ ਆਈ ਰੀਅਲੀ ਰਿਸਪੈਕਟ ਹਿਮ ਤੁਸੀਂ ਵੀ ਇਸ ਤਰ੍ਹਾਂ ਹੈਲਪ ਕਰੋਗੇ ਅੱਗੇ ਵੀ ਤੁਹਾਡਾ ਕੋਈ ਤੁਸੀਂ ਕੁਝ ਗਲਤੀ ਹੋ ਜੇ ਦੱਸ ਦਿਓ ਮੈਂ ਥੈਂਕ ਯੂ ਤੁਸੀਂ ਤੇ ਰਾਨੀ ਹੋ ਐਂਕਰਸ ਦੀ ਬਹੁਤ ਸੋਹਣਾ ਕਰ ਰਹੇ ਹੋ ਤੁਸੀਂ थैंक यू गुरलीन मेरे कैरेक्टर का नाम है तो ये यूके की रहने वाली कुड़ी है यूके दे बहुत ही पॉश अमीर खानदान की इकलौती कुड़ी है एंड अगे अगे उन्हें प्यार हुंदा है फिर की हुंदा है फिर की हुंदा है तुसी फिल्म च जाके देखियो और बिना बैंड वो किवें इंग्लैंड पहुँचते हैं बाकी जाने बाकी फैमिली मुंडे की फैमिली ये तुसी देखना मैम कदों पिक्चर रिलीज़ हो रही है मोस्ट प्रोबेबली इन द सेकंड हाफ ऑफ दिस ईयर मोस्ट प्रोबेबली बट हले डेट लॉक नहीं हुई है सो आई कांट टेल इट एंड शूट सारा कंप्लीट हो गया यस साडा एक प्रमोशनल ट्रैक द शूट बाकी है बाकी एवरीथिंग इज लॉक एंड व्हाट वाज द रिएक्शन ऑफ योर फैमिली रिलेटिव्स होंदे ना टाइम से तुसी की कर रहे हो एक्चुअली ना मेरे च जेड़ा वाओ फैक्टर नहीं है ना एदा एक बहुत बड़ा रीजन है कि मेरी फैमिली च वाओ फैक्टर नहीं है वो मेनू बिल्कुल भी एदा खून च नहीं है हां खून च नहीं बट फिर भी मैम वाओ एदा तुहाडे सराउंडिंग्स जो तुहाडे फ्रेंड सर्कल ने हां मैं तुहानू दस दी मेनू ਕੱਲ ਪਰਸੋਂ ਇੱਕ ਆਂਟੀ ਦਾ ਫੋਨ ਆਇਆ ਉਹ ਮੇਰੇ ਮੋਮ ਦੇ ਫਰੈਂਡ ਨੇ ਉਹਨਾਂ ਨੇ ਮੈਨੂੰ ਫੋਨ ਤੇ ਬਹੁਤ ਹਾਈਪ ਅਪ ਕੀਤਾ ਕਿ ਵਾਓ ਸਾਡਾ ਬੱਚਾ ਇੰਨੇ ਅੱਗੇ ਪਹੁੰਚ ਗਿਆ ਪਰ ਮੇਰੇ ਪੇਰੈਂਟਸ ਜਾਂ ਮੇਰੇ ਜਿਹੜੇ ਇਮੀਡੀਏਟ ਰਿਲੇਟਿਵਸ ਨੇ ਕਦੀ ਵੀ ਨਹੀਂ ਦੇ ਲਾਈਕ ਹਾਂ ਫਿਰ ਹੋਆ ਹੀ ਕੱਲ ਹੀ ਮਿਲੇ ਸੀ ਯਾਰ ਮੈਨੂੰ ਦੇ ਆ ਵੈਰੀ ਚਿਲ ਵੈਰੀ ਨਾਰਮਲ ਸੋ ਯਾ ਮੇਰੇ ਫੈਮਿਲੀ ਚ ਤਾਂ ਵਾਓ ਹੁਣ ਆਪਣੀ ਲਾਈਫ ਤੇ ਕਿਸ ਸਟੇਜ ਤੇ ਦੇਖਦੇ ਹੋ ਆਪਣੇ ਆਪ ਨੂੰ ਕਿਹੜੇ ਸਟੇਜ ਤੇ ਦੇਖਦੇ ਹੋ ਮੈਂ ਦੇਖਦੀ ਆ ਆਪਣੇ ਆਪ ਹਜੇ ਕਿੰਨਾ ਤੁਸੀਂ ਹੋਰ ਮੈਂ ਦੇਖਦੀ ਆ ਆਪਣੇ ਆਪ ਨੂੰ ਜੇ 10 ਲੈਵਲ ਹੈ ਫੋਰ ਐਗਜ਼ਾਮਪਲ ਤੇ ਮੈਂ ਦੇਖਦੀ ਆ ਆਪਣੇ ਆਪ ਨੂੰ ਹਲੇ 1 ਤੇ ਵਾਈ ਕਿਉਂਕਿ ਹਲੇ 9 ਹੋਰ ਪਏ ਹੈ ਆਈ ਥਿੰਕ ਸੋ ਦੇਰ ਇਜ਼ ਅ ਲੌਂਗ ਵੇ ਟੂ ਗੋ ਆਈ ਥਿੰਕ ਸੋ ਵਾਟ ਵਾਟ ਇਜ਼ ਯੂਰ ਵਿਜ਼ਨ ਔਰ ਫਿਊਚਰ ਗੋਲਸ ਰਾਈਟ ਨਾਓ ਜੇ ਤੁਹਾਡੇ ਮਨ 'ਚ ਨੇ ਫਿਊਚਰ ਗੋਲਸ ਇਹ ਆ ਕਿ ਮੈਂ ਵਧੀਆ ਡਾਇਰੈਕਟਰਸ ਦੇ ਨਾਲ ਕੰਮ ਕਰਾਂ ਇਹ ਡੈਫੀਨੇਟਲੀ ਮੇਰਾ ਬਹੁਤ ਵੱਡਾ ਗੋਲ ਹੈ ਕਿ ਮੈਂ ਅੱਛੇ ਅੱਛੇ ਡਾਇਰੈਕਟਰਸ ਦੇ ਨਾਲ ਕੰਮ ਕਰਾਂ ਆਫਕੋਰਸ ਐਕਟਰ ਅੱਛੇ ਹੋਣੇ ਜ਼ਰੂਰੀ ਹੈ ਪਰ ਇੱਕ ਵਧੀਆ ਡਾਇਰੈਕਟਰ ਪੂਰੀ ਕਹਾਣੀ ਬਦਲ ਸਕਦੇ ਨੇ ਔਰ ਇਹ ਮੇਰਾ ਆਪਣਾ ਐਕਸਪੀਰੀਅੰਸ ਹੈ ਜੋ ਮੈਂ ਕਨਸੈਪਟ ਇੱਕ ਤੁਹਾਡੀ ਇਮੇਜ ਚੇਂਜ ਕਰ ਦਿੰਦੇ ਨੇ ਯਾ ਡੈਫੀਨੇਟਲੀ ਉਹ ਜਿੱਦਾਂ ਤੁਹਾਨੂੰ ਪ੍ਰੈਜ਼ੈਂਟ ਕਰੋਗੇ ਨਾ ਉਹ ਐਕਚੁਅਲੀ ਐਕਚੁਅਲ ਚੀਜ਼ ਹੈ ਸੋ ਆਈ ਰੀਅਲੀ ਵਿਸ਼ ਕਿ ਮੈਂ ਬਹੁਤ ਵੱਡੇ ਵੱਡੇ ਵਧੀਆ ਵਧੀਆ ਡਾਇਰੈਕਟਰ ਵੱਡੇ ਵੀ ਨਹੀਂ ਭਾਵੇਂ ਹੋਣ ਭਾਵੇਂ ਨਵੇਂ ਡਾਇਰੈਕਟਰ ਹੋਣ ਪਰ ਅੱਛੇ ਡਾਇਰੈਕਟਰ ਹੋਣ ਉਹ ਮੈਨੂੰ ਮਿਲ ਜਾਣ ਪਲੀਜ਼ ਐਨੀ ਗੋਲ ਫਾਰ ਬਾਲੀਵੁੱਡ ਐਨੀਵੇਅਰ ਨੋ ਐਕਚੁਅਲੀ ਆਈ ਡੋਨਟ ਲੁੱਕ ਇਟ ਲਾਈਕ ਵਿਊ ਇਟ ਲਾਈਕ ਦੈਟ ਕਿਉਂਕਿ ਅੱਜ ਕੱਲ੍ਹ ਤਾਂ ਸਾਰੀ ਚੀਜ਼ਾਂ ਮਰਜ ਹੋ ਗਈਆਂ ਵੈਬ ਸੀਰੀਜ਼ ਵੀ ਹੋਈ ਜਾ ਰਹੀਆਂ ਐਂਡ ਇਹ ਵੀ ਚੱਲ ਰਿਹਾ ਤੁਹਾਨੂੰ ਨਹੀਂ ਪਤਾ ਤੁਹਾਡੀ ਕਿਹੜੀ ਚੀਜ਼ ਕਿੰਨੇ ਦੇਖ ਕੇ ਕਿੱਥੇ ਕਲਿੱਕ ਕਰ ਲੈਣੀ ਹੈ ਸੋ ਆਈ ਜਸਟ ਰਿਐਲਿਟੀ ਦੀ ਗੇਮ ਵੀ ਆ ਜਾਂਦੀ ਹੈ ਹਾਂ ਰਿਐਲਿਟੀ ਸ਼ੋਜ਼ ਐਵਰੀਥਿੰਗ ਸੋ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਕਿੰਨੇ ਦੇਖ ਲੈਣੀ ਹੈ ਉਹਨੂੰ ਔਰ ਕਿਹੜੀ ਚੀਜ਼ ਕਿੰਨੂੰ ਵਧੀਆ ਲੱਗ ਜਾਣੀ ਹੈ ਸੋ ਆਈ ਜਸਟ ਵਾਂਟ ਟੂ ਡੂ ਦਿਖਦੇ ਰਹੋ ਕੰਟੈਂਟ 'ਚ ਜਾਈਏ ਹਾਂ ਜਾਂਦੇ ਰਹੋ ਯੂ ਨੈਵਰ ਨੋ ਤੁਹਾਨੂੰ ਕਿੱਥੇ ਲੈ ਜਾਣਾ ਰੱਬ ਨੇ ਸੋ ਮੈਂ ਕਿਉਂ ਪਲਾਨ ਕਰਾਂ ਉਹਨੇ ਕੀਤਾ ਹੋਇਆ ਪਲਾਨ ਵੀ ਹੈਵ ਹਰਡ ਦੈਟ ਯੂ ਆਰ ਅ ਵੈਰੀ ਗੁੱਡ ਸਿੰਗਰ So we would like to listen a song from you. Hindi? Any kind of, what's your English favorite song? English suna da. English suna da if you can. Nahin, nahin. Adi young audience li jo suna da lagge. Young audience li... Hindi what's your favorite? Mera favorite actually zyada Hindi cha. Okay, you can.
ਹਿੰਦੀ ਗਾ ਦੀ ਕੋਈ ਪ੍ਰੋਬਲਮ ਤਾਂ ਨਹੀਂ ਨੋ ਪ੍ਰੋਬਲਮ ਫਿਰ ਥੱਲੇ ਕਮੈਂਟ ਨਾ ਨਾ ਲੱਗ ਅਰੇ ਨਹੀਂ ਮੈਮ ਪੰਜਾਬੀ ਮੀਡੀਅਮ ਤੇ ਬੈਠੇ ਹੋ ਹਿੰਦੀ ਗਾਣਾ ਕਿਉਂ ਸੁਣਾ ਰਹੇ ਹੋ ਅਰੇ ਮੈਮ ਕੋਈ ਗੱਲ ਨਹੀਂ ਹੈ ਉਹ ਵੀ ਸਾਡੀ ਭਾਸ਼ਾ ਹੀ ਹੈ ਕੋਈ ਇਹੋ ਜਿਹੀ ਗੱਲ ਅੱਛਾ ਠੀਕ ਹੈ ਔਰ ਅਭੀ ਨਾ ਜਾਓ ਛੋੜ ਕੇ ਕਿ ਦਿਲ ਅਭੀ ਭਰਾ ਨਹੀਂ ਅਭੀ ਨਾ ਜਾਓ ਛੋੜ ਕੇ ਕਿ ਦਿਲ ਅਭੀ ਭਰਾ ਨਹੀਂ ਅਭੀ ਅਭੀ ਤੋ ਆਏ ਹੋ ਬਹਾਰ ਬਨ ਕੇ ਛਾਏ ਹੋ ਹਵਾ ਜ਼ਰਾ ਮਹਿਕ ਤੋ ਲੇ I mean, lyrics ਭੁੱਲ ਗਏ sorry ਕੋਈ ਗੱਲ ਨਹੀਂ but we'll do it again ਨਹੀਂ ਨਹੀਂ we'll do it again ਮੈਨੂੰ ਭੁੱਲ ਗਏ ਕਿ ਨਹੀਂ ਤੁਸੀਂ ਤੇ ਕਿਹਾ ਸੀ ਅਨਕਟ ਹੈ ਜਾਣਦਾ ਅਨਕਟ ਹੈ ਅਨਕਟ ਹੈ ਚਲੋ ਮੈਮ ਰੀਸਟਾਰਟ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਵਧੀਆ ਹੈ ਬਹੁਤ ਸੋਹਣਾ ਹੈ ਮੈਮ ਚਲੋ ਅਗੇਨ ਫਿਰ ਤੋਂ ਕੋਈ ਹੋਰ ਗਾਓਗੇ ਹੁਣ ਅੱਛਾ ਹੁਣ ਕੋਈ ਹੋਰ ਗਾਉਂਗੇ ਲਿਰਿਕਸ ਪੰਜਾਬੀ ਗਾਓ ਚਲੋ ਪੰਜਾਬੀ ਗਾਵਾਂ ਸਾਡੇ ਪੰਜਾਬੀ ਮੁੰਡੇ ਵੀ ਤੇ ਖੁਸ਼ ਹੋ ਜਾਣ ਨਾ ਖੁਸ਼ ਹੋ ਜਾਣ ਓਕੇ 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 ਪੰਜਾਬੀ ਕੋਈ ਰੀਸੈਂਟ ਪੰਜਾਬੀ ਗਾਣਾ ਦੱਸੋ ਨਾ ਮੈਨੂੰ ਇਹ ਤਾਂ ਪੰਜਾਬੀ ਇੱਕਦਮ ਦਿਮਾਗ 'ਚ ਨਹੀਂ ਆਉਂਦੇ ਗਾਣੇ ਪੰਜਾਬੀ ਯਾਰ ਬਤਾਓ ਯਾਰ ਕੋਈ ਅੱਛਾ ਸਾ ਸੌਂਗ ਪਿੱਛੋਂ ਦੱਸੋ ਦੱਸੋ ਜਾਨੀ ਕਾ ਜਾਨੀ ਦਾ ਕਿਹੜਾ ਹਾਂ ਵੈਰੀ ਨਾਈਸ ਵੈਰੀ ਚਲੋ ਨਾਈਸ 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 ਕਿਤੇ ਨਹੀਂ ਤੇਰਾ ਰੁਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੀਂ ਕਿਧਰੇ ਕਿਤੇ ਨਹੀਂ ਸ਼ਾਨ ਸ਼ੌਕਤਾ ਜਾਂਦੀਆਂ ਮੁਹੱਬਤਾਂ ਜੇ ਪਾਲਵੀਂ ਕਿਧਰੇ ਕਿਤੇ ਨਹੀਂ ਤੇਰਾ ਰੁਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੀਂ ਕਿਧਰੇ ਇਹਦੇ ਵੀ ਲਿਰਿਕਸ ਮੈਂ ਖਰਾਬ ਕੀਤੇ ਆ ਪਰ ਮੈਨੂੰ ਹਮੇਸ਼ਾ ਪ੍ਰੋਬਲਮ ਰਹਿੰਦੀ ਹੈ ਮੈਮ ਆਵਾਜ਼ ਸੁਣੀ ਹੈ ਨਾ ਮੈਮ ਤੁਹਾਡੀ ਠੀਕ ਹੈ ਕੁਝ ਅਪਕਮਿੰਗ ਪ੍ਰੋਜੈਕਟਸ ਬਾਰੇ ਤੁਸੀਂ ਸ਼ੇਅਰ ਵੈਸੇ ਤਾਂ ਨਹੀਂ ਕਰਨਾ ਹੁੰਦੇ ਰਿਵੀਲ ਨਹੀਂ ਕਰ ਸਕਦੇ ਬਟ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਐਕਚੁਅਲੀ ਮੇਰੀ ਇੱਕ ਹੋਰ ਫਿਲਮ ਆ ਰਹੀ ਹੈ ਬਟ ਉਹਦੇ ਬਾਰੇ ਐਜ਼ ਯੂ ਸੈਡ ਕਿ ਮੈਂ ਰਿਵੀਲ ਨਹੀਂ ਕਰ ਸਕਦੀ ਹਲੇ ਔਰ ਇੱਕ ਸਮੀਪ ਸਰ ਦੇ ਨਾਲ ਇੱਕ ਵੈਬ ਸੀਰੀਜ਼ ਹੈ ਜੋ ਅਨਾਊਂਸਡ ਹੈ ਉਹ ਆ ਰਹੀ ਹੈ ਉਹਦਾ ਨਾਮ ਹੈ ਮਾਸਟਰ ਸਕੀਮ ਸਿੰਘ ਉਹਦੇ ਵਿੱਚ ਘੁੱਗੀ ਸਰ ਹੈਗੇ ਨੇ ਮੇਨਲੀ ਤੇ ਐਂਡ ਯੈਸ ਦੈਟਸ ਦ ਵੈਬ ਸੀਰੀਜ਼ ਤੇ ਮੈਮ ਜਦੋਂ ਰਿਲੀਜ਼ ਕਰੋਗੇ ਸਟਾਰ ਕਾਸਟ ਲੈ ਕੇ ਆਇਓ ਅਸੀਂ ਤੁਹਾਡਾ ਪੋਡਕਾਸਟ ਕਰਾਂਗੇ ਜ਼ਰੂਰ ਅਸੀਂ ਆ ਜਾਵਾਂਗੇ ਮੈਮ ਚੰਡੀਗੜ੍ਹ ਤੁਸੀਂ ਆਇਓ ਚੰਡੀਗੜ੍ਹ ਆਇਓ ਤੁਸੀਂ ਓਕੇ ਮੈਮ ਥੈਂਕ ਯੂ ਸੋ ਮਚ ਮੈਮ ਫੋਰ ਗਿਵਿੰਗ ਅਸ ਯੋਰ ਟਾਈਮ ਥੈਂਕ ਯੂ ਥੈਂਕ ਯੂ ਬਹੁਤ ਸੋਹਣਾ ਸੀਗਾ ਮੈਮ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ ਇਹਨਾਂ ਦੀ ਮੂਵੀ ਆ ਰਹੀ ਹੈ ਬਿਨਾ ਬੈਂਡ ਚੱਲੇ ਇੰਗਲੈਂਡ ਤੁਸੀਂ ਸਾਰੇ ਜ਼ਰੂਰ ਦੇਖਣ ਜਾਇਓ ਐਂਡ ਪਲੀਜ਼ ਸ਼ੋ ਯੋਰ ਲਵ ਇਨ ਕਮੈਂਟਸ ਐਂਡ ਮੈਮ ਦੀ ਮੈਮ ਦਾ ਸਰਾਕਸ਼ਿਤਾ ਪ੍ਰਿੰਜਾ ਕਰਕੇ ਸਰਾਕਸ਼ਿਤਾ ਸਰਾਕਸ਼ਿਤਾ ਪ੍ਰੋਨਾਉਂਸ ਕਰੋ ਮੇਰੇ ਪਿੱਛੇ ਰਿਪੀਟ ਆਫਟਰ ਮੀ ਓਕੇ ਓਕੇ ਸਰਾਕਸ਼ਿਤਾ ਪ੍ਰਿੰਜਾ ਸਰਾਕਸ਼ਿਤਾ ਪ੍ਰਿੰਜਾ ਓਕੇ ਓ ਸਾਇਰਾ ਇਹਨਾਂ ਦੀ ਇੰਸਟਾਗ੍ਰਾਮ ਆਈ ਡੀ ਹੈ ਯੂ ਕੈਨ ਫੋਲੋ ਹਰ ਐਂਡ ਸਾਡਾ ਪੰਜਾਬੀ ਮੀਡੀਅਮ ਕੋਨਸੈਪਟ ਹੈ ਤੁਸੀਂ ਸਾਰੇ ਜਿਵੇਂ ਤੁਹਾਨੂੰ ਪਤਾ ਹੈ ਤੁਸੀਂ ਫੋਲੋ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਐਂਡ ਥੈਂਕ ਯੂ ਸੋ ਮਚ ਥੈਂਕ ਯੂ ਫੋਰ ਹੈਵਿੰਗ ਮੀ ਥੈਂਕ ਯੂ ਬਾਏ ਬਾਏ ਥੈਂਕ ਯੂ ਬਾਏ